ਜਾਇਜ਼ਾ ਦੇਖਿਓ ਹੁਣ ਜ਼ਰਾ ਕਿ ਅਸੀਂ ਕਿੱਦਾਂ ਕੰਮ ਤੇ ਜਾਂਦੇ ਹਾਂ ਤੇ ਸਾਡਾ ਵੇਖ ਲਓ ਕਿ ਕਿੱਥੇ ਤੱਕ ਜਿਹੜਾ ਵਾ ਨਾ ਉਹ ਸੀੜੀਆਂ ਵਾ ਥੱਲੇ। ਮੈਂ ਸਾਡੇ ਸ਼ਵਾਗ ਭਾਈ ਖੋਤੇ ਸਲਾਮ ਵਾਲੀਕਮ ਕੀ ਹਾਲ ਹੈ ਤੁਸੀਂ ਸੁਣਾਓ ਓਪਨ ਕਿੱਧਰ ਚੱਲ ਠੀਕ ਆ ਮਾਸ਼ਾਅੱਲਾ ਆ ਸਾਡਾ ਜਨਤਾ ਵਾਲਾ ਆ ਸਾਡਾ ਫੈਮਿਲੀ ਵਾਲਾ ਕੁਛ ਪੁੱਛਾ ਪੁੱਛਾ ਮੈਨੇ ਕੁਛ ਆ ਸਾਡਾ ਮਿਰਰ ਹੈ ਕੀ ਹੈ ਮਿਰਰ ਸਹੀ ਹੈ ਹੁਣ ਅਸੀਂ ਆਪਣੇ ਕਿਚਨ 'ਚ ਜਾ ਰਹੇ ਹਾਂ ਅਤੇ ਫਿਰ ਤੁਹਾਨੂੰ ਜ਼ਰਾ ਜਾ ਕੇ ਵਿਜ਼ਿਟ ਕਰਾਂਗੇ ਆਪਣੇ ਕਿਚਨ ਦਾ ਕੀ ਵਾਸਤੇ ਅਸੀਂ ਕੀ ਕੀਤਾ ਹੈ ਆ ਸਾਡੇ ਫੋਕ ਨਾਈਫ ਆ ਗਏ ਕਿਚਨ 'ਚ ਜ਼ਰਾ ਹੁਣ ਵੈਜੀ ਕੱਟ ਲਈਏ ਫਿਰ ਤੁਹਾਡੇ ਨਾਲ ਜ਼ਰਾ ਥੋੜ੍ਹੀ ਦੇਰ ਤੱਕ ਮਿਲਦੇ ਹਾਂ ਸਹੀ ਹੈ ਅੱਜ ਇਹ ਮੁੰਡਾ ਸਾਡਾ ਨਹਾ ਕੇ ਆਇਆ ਬਸ ਇਹਨੂੰ ਗਜਬ ਬੇਇੱਜ਼ਤੀ ਹੈ ਯਾਰ ਦੇਖੋ ਫਿਰ ਆ ਜਿਹੜੀ ਸਟੋਰੀ ਤੁਹਾਨੂੰ ਦਿਖਾਈ ਸੀ ਅੱਗੇ ਕੀ ਬਣਾਈ ਜਾ ਰਹੇ ਹੋ ਆ ਜੀ ਉਹਦਾ ਸ਼ੇਕ ਬਣਾ ਰਹੇ ਆ ਹੋਰ ਤਾਂ ਕੁਝ ਨਹੀਂ ਹੈ ਬੁੱਢੀ ਮੇਰੀ ਨੇ ਕਿਹਾ ਇਹ ਬੰਦੇ ਵਰਗਾ ਹੋਣਾ ਹੈ ਮੋਟਾ ਤੂੰ ਆ ਗਿਆ ਜਾਰ ਬਣਾ ਦਿਓ ਹੈਲੋ ਆ ਫੋਨ ਆ ਗਿਆ ਜ਼ਰਾ ਅੱਠ ਜ਼ਿਕਰ ਕਰ ਲਓ ਚਲੋ ਜੀ ਆਰਡਰ ਆ ਗਿਆ ਵਾ ਵੱਡਾ ਤੇ ਫਿਰ ਜ਼ਰਾ ਸ਼ੇਕ ਪੀ ਕੇ ਤੇ ਅਸੀਂ ਕਰਨੇ ਆ ਜ਼ਰਾ ਤੁਹਾਡੇ ਨਾਲ ਮੁਲਾਕਾਤ। ਅੱਛਾ ਤੇ ਸਾਜੀ ਜੀ ਤੁਸੀਂ ਨਾ ਸਾਡੀ ਵੀਡੀਓ ਬਹੁਤ ਅੱਛੇ ਤਰੀਕੇ ਲਾਈਕ ਤੇ ਸਬਸਕ੍ਰਾਈਬ ਕਰ ਰਹੇ ਹੋ ਸਾਜੀ ਇਹਨਾਂ ਦੱਸੋ ਜ਼ਰਾ ਮਾੜਾ ਜਿਹਾ ਤੁਹਾਡੇ ਨਾਲ ਕੀ ਦੱਸੀਏ ਤੁਹਾਨੂੰ ਪਤਾ ਆ ਪਹਿਲੇ ਸਾਡੇ ਚੈਨਲ ਦਾ ਸਾਡੇ ਚੈਨਲ ਦਾ ਨਾਮ ਆ ਵਿਲੇ ਸ਼ਾ ਵਿਲੇ ਸ਼ਾ ਪਰ ਜੀ ਵਿਲੇ ਹੁੰਦੇ ਨਹੀਂਗੇ ਚੈਨਲ ਦਾ ਨਾਮ ਆ ਉਹਦਾ ਤੁਸੀਂ ਦੇਖ ਹੀ ਸਕਦੇ ਹੋ ਅਸੀਂ ਕਿੰਨਾ ਕੰਮ ਕਰ ਰਹੇ ਹਾਂ ਠੀਕ ਆ ਦੋ ਜਗ੍ਹਾ ਸੀ ਆਰਡਰ ਕੋਈ ਆਰਡਰ ਨਹੀਂ ਲੱਗੇ ਤੁਹਾਡੇ ਆਰਡਰ ਬੰਦ ਆ ਕਿਉਂ ਮੈਨੂੰ ਪਿਸਤੌਲ ਲੈ ਕੇ ਦਿਓ ਚਲੋ ਜੀ ਪਿਸਤੌਲ ਕੀ ਕਰਨਾ ਪਹਿਲਾਂ ਤੂੰ ਫੋਨ ਹੈ ਮੈਨੂੰ ਫੋਨ ਲੈ ਕੇ ਦਿਓ ਖੇਡਣ ਦੀ ਤੈਨੂੰ ਫੋਨ ਲੈ ਕੇ ਦਿੱਤਾ ਹੁਣ ਤੂੰ ਕਹਿੰਦਾ ਮੈਨੂੰ ਪਿਸਤੌਲ ਲੈ ਕੇ ਦਿਓ ਇੱਕ ਛੇਤੇ ਆ ਜਾਓ ਪਿਸਤੌਲ ਲੈ ਕੇ ਦੋਗੇ ਤੁਹਾਡੇ ਕੰਮ ਨਹੀਂ ਇਹ ਖੇਡਣ ਦੀਆਂ ਚੀਜ਼ਾਂ ਨਹੀਂ ਨਾ ਹੁੰਦੀਆਂ ਪੁੱਤ ਪਿਸਤੌਲ ਚਲੋ ਉਸਤਾਦ ਜੀ ਲਓ ਜੀ ਇੱਧਰ ਤਾਂ ਵੱਡਾ ਹੀ ਰੱਫੜ ਪੈ ਗਿਆ ਵਾ ਉਹ ਕਹਿੰਦੇ ਪਿਸਤੌਲ ਲੈ ਕੇ ਦਓ ਉਹ ਸਾਲੋ ਉਹ ਹੈਲੋ ਉੱਠ ਆਰਡਰ ਲੈ ਚਲੋ ਜੀ ਉਸਤਾਦ ਜੀ ਸਲਮਾਨ ਪੁੱਤ ਆਰਡਰ ਲਾ ਮੈਂ ਜ਼ਰਾ ਇਹਨੂੰ ਪਿਸਤੌਲ ਆ ਜੀ ਲੈ ਕੇ ਦੇਣਾ ਇਹ ਬਾਂਦਰ ਜਿਹਾ ਨਾ ਸਾਡੀਆਂ ਚੀਜ਼ਾਂ ਨੂੰ ਰੋਜ਼ ਇਹ ਕਰਦਾ ਰਹਿੰਦਾ ਹੁਣ ਚਲੀਏ ਵੇਖ ਵੇਖ ਲਓ ਜੀ ਦਾਣੀ ਉੱਠ ਖਲੋਇਆ ਜੇ ਹੁਣ ਲੈਣ ਚੱਲਾ ਪਿਸਤੌਲ ਚੀਟਿੰਗ ਕਰਤਾ ਹੈ ਤੂੰ ਚੀਟਿੰਗ 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 ਪ੍ਰੈਂਕ ਹੋ ਗਿਆ ਇਹਦੇ ਵਾਸਤੇ ਚਲੋ ਜੀ ਚਲੋ ਚਲੋ ਆਰਡਰ ਮੈਂ ਲਾ ਦੂੰ ਤੁਸੀਂ ਲਾਈਕ ਸਬਸਕ੍ਰਾਈਬ ਤੇ ਕਮੈਂਟਸ ਪਿਆਰੇ ਪਿਆਰੇ ਕਰਿਓ ਤੇ ਨਾਲੇ ਤੁਹਾਨੂੰ ਅਗਲੇ ਪਾਰਟ ਚ ਦੱਸਾਂਗੇ ਕਿ ਦਾਣੀ ਦਾ ਪਿਸਟਲ ਆਂਦਾ ਜਾਂ ਨਹੀਂ ਆਂਦਾ।